ਅਸਲਾਮੁਅਲੈਕੁਮ ਕੀ ਹਾਲ ਚਾਲ ਹੈ ਜੀ ਕਿਦਾਂ ਸਭ ਵਧੀਆ ਹਰ ਤਰ੍ਹਾਂ ਖੈਰੀਅਤ ਹੈ ਜੀ ਮੇਰੀਆਂ ਬਹੁਤ ਸਾਰੀਆਂ ਦੁਆਵਾਂ ਤੁਹਾਡੇ ਨਾਲ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ ਜਿਉਂਦੇ ਬਸਦੇ ਰਹੋ ਤੁਹਾਡੇ ਘਰ ਹਮੇਸ਼ਾ ਖੁਸ਼ੀਆਂ ਨਾਲ ਭਰੇ ਰਹਿਣ ਅੱਲਾਹ ਪਾਕ ਮੇਰੀਆਂ ਧੀ ਰਾਣੀਆਂ ਨੂੰ ਕਦੀ ਸਾਨੂੰ ਤੱਤੀ ਹਵਾ ਨਾ ਆਣ ਦੇਵੇ ਲਾਪਾਗ ਮੇਰੀਆਂ ਪੈਣਾ ਨੂੰ ਖੁਸ਼ ਰੱਖੇ ਮੇਰੇ ਬਾਬਿਆਂ ਚਾਚਿਆਂ ਮਾਮਿਆਂ ਤਾਇਆ ਫੁੱਫੜਾ ਨੂੰ ਸਭ ਨੂੰ ਸੇਹ ਤੰਦਰੁਸਤੀ ਦੇਵੇ ਆਪਣੇ ਆਪਣੇ ਘਰਾਂ ਚ ਰਜ ਰਜ ਖਾਓ ਤੇ ਰਜ ਰਜ ਕਮਾਓ ਇਹਦੇ ਚ ਮੈਂ ਰਾਜ਼ੀ ਆ ਤੇ ਬਸ ਰੱਬ ਲੋੜ ਦੀ ਕਦੀ ਥੋੜਾ ਨਾ ਆਉਣ ਦੇਵੇ ਜਿਉਂਦੇ ਵਸਦੇ ਰਹੋ ਲਓ ਜੀ ਕਾਲ ਮਲਾਉਣ ਜਾ ਰਹੇ ਆ ਜੀ ਮਲਾਓ ਜੀ ਕਾਲ ਜੀ ਹੈਲੋ ਹੈਲੋ ਅਸਲਾਮੁਅਲੈਕਮ ਤਾਇਆ ਸ਼ਰੀਫ ਵਾਲੇਕਮ ਸਲਾਮ ਕੌਣ ਬੋਲਦਾ ਰਾਣਾ ਅਜਾਜ਼ ਬੋਲਦਾ ਰਾਣਾ ਅਜਾਜ਼ ਕੌਣ ਰਾਣਾ ਅਜਾਜ਼ ਤਾਇਆ ਉਹ ਤਾਇਆ ਹੀ ਬੋਲਣ ਡਿਆ ਤੂੰ ਕੌਣ ਬੋਲਣ ਡਿਆ ਗੋਡੇ ਨੂੰ ਹੱਥ ਲਾਉਣਾ ਕੱਲ ਹੀ ਗੋਡੇ ਨੂੰ ਹੱਥ ਲਾਉਣਾ ਦੋਸ ਦੇ ਮੇਰੇ ਗੋਡੇ ਕਿੱਦਾਂ ਕੰਮ ਠੀਕ ਚੱਲਣ ਡਿਆ ਅੱਲਾ ਦਾ ਸ਼ੁਕਰ ਆ ਕੰਮ ਠੀਕ ਆ ਆਪਣਾ ਖੁਆਈ ਜਾਂਦਾ ਮਠਾਈ ਲੋਕਾਂ ਨੂੰ ਬਈ ਗੱਲ ਏ ਮੈਂ ਮਠਿਆਈ ਦਾ ਕੰਮ ਕਰਦਾ ਤੇ ਮਠਿਆਈ ਖਵਾਉਣੀ ਆ ਹੋਰ ਇੱਥੇ ਕੀ ਖਵਾਉਣਾ ਲੋਕਾਂ ਨੂੰ ਅੱਛਾ ਤੂੰ ਕਿਤਾ ਟੈਲੀਫੋਨ ਕੀਤਾ ਕੌਣ ਆ ਤੂੰ ਮੈਂ ਬਸ ਆ ਕੀਤਾ ਇਦਾਂ ਕੇ ਬਟ ਨੰਬਰ ਮਲਾ ਕੇ ਤੇ ਯੈਸ ਕਰਤਾ ਤੂੰ ਤੇ ਜੈਸੇ ਤਾ ਤੂੰ ਕਰਤਾ ਨੰਬਰ ਵੀ ਮਲਾਤਾ ਤੇ ਟੈਲੀਫੋਨ ਤੂੰ ਮੈਨੂੰ ਕੀਤਾ ਵਿਕਾਸ ਨੂੰ ਕੀਤਾ ਆ ਜਲੇਬੀਆਂ ਵਾਲਾ ਅੱਡਾ ਨਵਾਂ ਬਾਹਰ ਲਾਇਆ ਆਹੋ ਇਹ ਤਾਂ ਕਦੋਂ ਦਾ ਲੱਗਿਆ ਪੁੱਤ ਤੂੰ ਹੁਣ ਦੇਖਿਆ ਅੱਛਾ ਸਹੀ ਬਹੁਤ ਸੋਹਣੀਆਂ ਜਲੇਬੀਆਂ ਨੇ ਮੈਂ ਇੱਕ ਢਾਈ ਤਿੰਨ ਸਾਲ ਤੋਂ ਲੱਗਾ ਆਟਾ ਅੱਛਾ ਮੈਂ ਇੱਕ ਦਿਨ ਆ ਨਿਕਲਿਆ ਨਾ ਬਾਹਰ ਤੇ ਨੰਗਿਆ ਤੇ ਮੈਂ ਦੇਖਿਆ ਵਾਵਾ ਇੱਕ ਮੁੰਡਾ ਮੌਲਵੀ ਜਿਹਾ ਬਾਹਰ ਖੜਾ ਸੀਗਾ ਜਿਹੜਾ ਲਫਾਫੇ ਭਰ ਭਰ ਕੇ ਦੇਈ ਜਾ ਰਿਹਾ ਸੀ ਮੈਂ ਕਿਰਦਾ ਆਪਣਾ ਹਾਂ ਮੈਂ ਕਿਹਾ ਕੰਮ ਤਾਂ ਠੀਕ ਆ ਤਾਏ ਦਾ ਵੀ ਨੇ ਕੰਮ ਵਧੀਆ ਆਪਣਾ ਹੂੰ ਸ਼ੁਕਰ ਆ ਮੌਲਾ ਦਾ ਬੜਾ ਕੰਮ ਚੱਲਣ ਡਿਆ ਆਪਣਾ ਤੇਰੀ ਦੁਆਵਾਂ ਨਾਲ ਤੇ ਤੂੰ ਖੈਰ ਨਾ ਫੋਨ ਕੀਤਾ ਭਾਈ ਵੈਸੇ ਹੀ ਮੈਂ ਬਸ ਉਹ ਕਈ ਵਾਰੀ ਤਾਇਆ ਤੈਨੂੰ ਪਤਾ ਹੈ ਨਾ ਇੱਕ ਵਾਰੀ ਪਹਿਲੇ ਕਾਲ ਕੀਤੀ ਸੀ ਤੈਨੂੰ ਮੈਂ ਮੈਨੂੰ ਤੂੰ ਕਦੋਂ ਕੀਤੀ ਆ ਕਾਲ ਕੀਤੀ ਸੀ ਇੱਕ ਵਾਰੀ ਤੈਨੂੰ ਕਾਲ ਮੈਂ ਕਦ ਕਦ ਕੀਤੀ ਆ ਮੈਨੂੰ ਤਾਂ ਪਤਾ ਹੀ ਨਹੀਂ ਤਾਇਆ ਬੋਲ ਮੈਂ ਤੇਰੀ ਗੱਲ ਸੁਣਦਾ ਵਾਂ ਕਿੰਨੀ ਮਿਠਾਈ ਲੱਗਦੀ ਆ ਆਪਣੀ ਰੋਜ਼ ਜਿਹੜੀ ਬਣਾਈਦੀ ਆਪਾਂ ਇਹ ਲੱਗ ਜਾਂਦੀ ਕੋਈ 5-7 ਮਾਣ ਲੱਗ ਜਾਂਦੀ ਆ ਰੋਜ਼ ਦੀ ਆਹ 6 ਤੋਂ 7 ਮਾਣ ਤਾਂ ਲੱਗ ਜਾਂਦੀ ਆ ਵਾਹ ਚੰਗਾ ਕੰਮ ਆ ਵੀ ਤਾਇਆ ਤੇਰਾ ਸ਼ੁਕਰ ਹੈ ਸ਼ੁਕਰ ਹੈ ਬਾ ਨਜ਼ਰ ਨਾ ਲਾ ਦੀ ਇਹਨਾਂ ਘੜੀ-ਮੂੜੀ ਨਾ ਗਈ ਜਾ ਹਾਂ ਬਸ ਇਹ ਆਕੇ ਅੱਲਾ ਪਾਕ ਭਾਈ ਤੇਰਾ ਕੰਮ ਇਦਾਂ ਹੀ ਚਲਾਵੇ ਸ਼ੁਕਰ ਹੈ ਅੱਲਾ ਪਾਕ ਕੁੱਲ ਜਹਾਨ ਤੱਕ ਕੰਮ ਚਲਾਵੇ ਸ਼ੁਕਰ ਸ਼ੁਕਰ ਮੇਰੇ ਮੋਹਰੇ ਇਹ ਇਸ ਦੁਨੀਆ ਤੇ ਕਿਸੇ ਨਾਲ ਦੇਖ ਕੇ ਸੜੋ ਨਾ ਬਿਲਕੁਲ ਤੇ ਇਹ ਆ ਕਿ ਰੱਬ ਜੀ ਕਿਸੇ ਨੂੰ ਰਜ਼ਕ ਦੇ ਰਿਹਾ ਹੈ ਤੇ ਉਹਦੇ ਵਾਸਤੇ ਦੁਆ ਕਰੋ ਕਿ ਅੱਲਾ ਪਾਕ ਭਾਈ ਹੋਰ ਦੇਵੇ ਸਭ ਨੂੰ ਸਭ ਨੂੰ ਦੇਵੇ ਤਾਇਆ ਇਦਾਂ ਆ ਕਿ ਮਿਠਾਈ ਚਾਹੀਦੀ ਆਪਾਂ ਨੂੰ ਅੱਛਾ ਕਿੰਨੀ ਇਹ ਆ ਕਿ ਤਾਜ਼ੀ ਬਣਾਉਣੀ ਆ ਕਪਾ ਬੂਸੀ ਰੱਖਣੀ ਆ ਬੋਤਲ ਨਹੀਂ ਜਿੱਥੇ ਮੈਂ ਭੇਜਣਾ ਹੈ ਨਾ ਅੱਛਾ ਉਥੇ ਇੱਕ ਪਾਸੇ ਤੇ ਗੁਲਾਬ ਜਮਨ ਨਿਕਲਦੇ ਹੋਣ ਠੀਕ ਆ ਇੱਕ ਪਾਸੇ ਬਰਫੀ ਬਣਦੀ ਹੋਵੇ ਬਰਫੀ ਬਣਦੀ ਹੋਵੇ ਇੱਕ ਪਾਸੇ ਜਲੇਬੀਆਂ ਨਿਕਲਦੀਆਂ ਹੋਣ ਬਿਲਕੁਲ ਠੀਕ ਆ ਇੱਕ ਪਾਸੇ ਤੱਤਾ ਤੱਤਾ ਮੇਸੂ ਪਿਆ ਹੋਵੇ ਮੇਸੂ ਠੀਕ ਹੈ ਅੱਛਾ ਇੱਕ ਪਾਸੇ ਮੋਤੀ ਚੂਰ ਜਿਹੜੇ ਬਦਾਮਾਂ ਵਾਲੇ ਲੱਡੂ ਜਿਹੜਾ ਲੱਡੂ ਚੁੱਕੇ ਤਾਂ ਪੁਰਜਵੇ ਕੋਕੋਨਟ ਆਲਾ ਲੈ ਉਹ ਮ ਬਣ ਜੂਗਾ ਬਣ ਜੂਗਾ ਠੀਕ ਹੈ ਮੋਤੀ ਚੂਰ ਮੋਤੀ ਚੂਰ ਠੀਕ ਹੈ ਠੀਕ ਆ ਤੇ ਉਸ ਤੋਂ ਬਾਅਦ ਇਹ ਆ ਕਿ ਮੇਰੇ ਕਹਿਣ ਤੇ ਜਿਹੜਾ ਵੇਸਣ ਹੁੰਦਾ ਨਾ ਆਹੋ ਵੇਸਣ ਪੁਰ ਪੁਰਾ ਪੁਰਪੁਰਾ ਠੀਕ ਆ ਬਹੁਤ ਬਹੁਤਾ ਕਿਹੋ ਨਾ ਹੋਵੇ ਵਿੱਚ ਹਲਕਾ ਜਿਹਾ ਜ਼ਰਦਾ ਰੰਗ ਲੱਗਾ ਹੋਵੇ ਠੀਕ ਆ ਤੇ ਬਣਿਆ ਹੋਵੇ ਬਿਲਕੁਲ ਇਹਦੀ ਇਕੋ ਲੈਂਥ ਸਾਰੇ ਕਾਰੀਗਰ ਤੇਰੇ ਖੜੇ ਹੋਣ ਠੀਕ ਆ ਤੇ ਤੈ ਤੂੰ ਸੋਹਣੀ ਜਿਹੀ ਤੋਤੀ ਬੰਦਦਾ ਨਾ ਆਹੋ ਐ ਇਦਾਂ ਦੀ ਥੋਤੀ ਬਨਣੀ ਪਰ ਜਿੰਨੀ ਤੂੰ ਉੱਚੀ ਗੋਡਿਆਂ ਤੋਂ ਬੰਦ ਆ ਨਾ ਇੰਨੀ ਨਹੀਂ ਬਨਣੀ ਉਹ ਕੋਈ ਨਹੀਂ ਆਪਾਂ ਨਵੀਂ ਲਾ ਲਾਂਗੇ ਵੱਡੇ ਪਰ ਦੀ ਲਾ ਲਾਂਗੇ ਥੋੜੀ ਜੀ ਗੋਡਿਆਂ ਤੋਂ ਨੀਵੀਂ ਬਨਣੀ ਏ ਠੀਕ ਆ ਬਨ ਲਾਂਗੇ ਬਨ ਤੇ ਬਨ ਲਗਿਆ ਥੋਤੀ ਦਾ ਖਾਸ ਧਿਆਨ ਰੱਖਣਾ ਉਹ ਕਿਉਂ ਮੈਂ ਕਈ ਵਾਰੀ ਤੈਨੂੰ ਬੈਠਾ ਦੇਖਿਆ ਨਾ ਉਹ ਕਾਕਾ ਕਿਹੋ ਜੀ ਗੱਲ ਸ਼ੁਰੂ ਕਰਤੀ ਚੱਲ ਤੂੰ ਕੰਮ ਦੀ ਗੱਲ ਕਰ ਯਾਰ ਤੇ ਵਾਦਾ ਘਾਟਾ ਹੋ ਜਾਂਦਾ ਯਾਰ ਬੰਦਾ ਥੋਤੀ ਪਾਈ ਆ ਤੈਨੂੰ ਪਤਾ ਹੀ ਆ ਤੇ ਜਿਹੜਾ ਕੁਰਤਾ ਆਹੋ ਚਿੱਟਾ ਕੁਰਤਾ ਤੇਰੇ ਪਾਇਆ ਹੁਣ ਓ ਯਾਰ ਮੈਂ ਚਿੱਟਾ ਨਹੀਂ ਪਾਉਂਦਾ ਪਤਾ ਪਤਾ ਕੀ ਮੇਰੀ ਗੱਲ ਸੁਣ ਲੈ ਮਠਿਆਈ ਗੱਡੀ ਤੇ ਕਦੀ ਘੋਲ ਲੱਗ ਗਿਆ ਤੇ ਕਦੀ ਵੇਸਣ ਲੱਗ ਗਿਆ ਤੇ ਕਦੀ ਮੈਦਾ ਲੱਗ ਗਿਆ ਤੇ ਮੈਂ ਪਾਉਂਗਾ ਉਹਨਾਂ ਰੰਗਦਾਰ ਪਾਇਆ ਗੱਲ ਸੁਣ ਲੈ ਹਾਂ ਮਠਿਆਈ ਕੜਨੀ ਮੁੰਡਿਆਂ ਨੇ ਮੁੰਡਿਆਂ ਨੇ ਕੜਨੀ ਹੈ ਤੇ ਤੂੰ ਉਸ ਦਿਨ ਮਤਲਬ ਕਿ ਸ਼ਰੀਫ ਹਲਵਾਈ ਸ਼ਰੀਫ ਹਲਵਾਈ ਮਸ਼ਹੂਰ ਮਰੂਫ ਅਲਹਮਦੁਲਿਲਾ ਹਿੰਦ ਸਿੰਧ ਚ ਕੋਈ ਜੋੜ ਨਹੀਂ ਨਾ ਥਾਣੇ ਕਚਹਿਰੀਆਂ ਸ਼ਾਦੀਆਂ ਵਿਆਹ ਜੇਲਾਂ ਚ ਮਠਾਈ ਕਿਹਦੀ ਚਲਦੀ ਆ ਚਾਚੇ ਸ਼ਰੀਫ ਦੀ ਬਾਹਰਲੇ ਮੁਲਕਾਂ ਤੱਕ ਕਿਹਦੀ ਮਠਾਈ ਜਾਂਦੀ ਚਾਚੇ ਸ਼ਰੀਫ ਦੀ ਤੇ ਫਿਰ ਜਿੱਥੇ ਮੈਂ ਕਹਿੰਦੇ ਆ ਉੱਥੇ ਮਠਾਈ ਕਿਹਦੀ ਜਾਣੀ ਚਾਚੇ ਸ਼ਰੀਫ ਦੀ ਮੇਸੂ ਕਿੱਦਾਂ ਦਾ ਹੋਣਾ ਹੈ ਮੇਸੂ ਤੂੰ ਐਦਾਂ ਦੇ ਹੋਣਗੇ ਤੇ ਕੇ ਤੈਨੂੰ ਚਾਦ ਕਰਨਗੇ ਤੇ ਲੱਡੂ ਲੱਡੂ ਵੀ ਸਰੀਲੇ ਹੋਣਗੇ ਸਰੀਲੇ ਲੱਡੂ ਹੱਥ ਲਾਇਆ ਲੱਡੂ ਨੂੰ ਤੇ ਲੱਡੂ ਲੱਡੂ ਹੱਥ ਲਾਇਆ ਮੈਲਾ ਹੋਵੇ ਐਦਾਂ ਗਿਰੀ ਵਰਗੇ ਲੱਡੂ ਬਸ ਤੇ ਜਲੇਬੀਆਂ ਜਿਲੇਬੀਆਂ ਸੋਹਣੀਆਂ ਪਤਲੀਆਂ ਜੀਆਂ ਫਰੀਕ ਫਰੀਕ ਰੜੀਆਂ ਤੇ ਲਾਲ ਕੀਤੀਆਂ ਆ ਲਾਲ ਕੀਤੀਆਂ ਹਲਕੀਆਂ 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 ਬਹੁਤੀਆਂ ਲਾਲ ਨਹੀਂ ਕਰਨੀਆਂ ਫਿਰ ਕੋੜੀਆਂ ਤੇ ਬਰਫੀ ਬਰਫੀ ਤੈਨੂੰ ਮੈਂ ਕਹਿੰਦਾ ਬਰਫੀ ਦਾ ਤਾਂ ਨਾ ਹੀ ਖੋਆ ਹੀ ਹੋਉਣੀ ਰਾ ਬਾਦਾਮਾਂ ਵਾਲੀ ਬਾਦਾਮਾਂ ਵਾਲੀ ਠੀਕ ਹੈ ਹਾਂ ਤਾਇਆ ਇਹ ਆ ਕੇ ਇਹ ਮੁੰਡੇ ਨੇ ਵਾਲ ਕੱਢਿਆ ਜਲੇਬੀ ਦਾ ਆਹੋ ਤਾਏ ਨੇ ਚਿੱਟੀ ਚਿੱਟਾ ਕਰਤਾ ਪਾਇਆ ਅੱਛਾ ਥੱਲੇ ਬਣੈਨ ਨਜ਼ਰ ਆਉਂਦੀ ਤਾਏ ਦੀ ਤੋਤੀ ਗਿੱਟਿਆਂ ਤੱਕ ਬੰਨੀ ਬੰਨੀ ਆ ਬੰਨੀ ਮੀ ਮੰਗੜਾਲਾ ਖੁਸਾ ਪਾਇਆ ਤਾਇਨੇ ਅੱਛਾ ਖੁਸਾ ਵੀ ਪਾਉਣਾ ਖੁਸਾ ਠੀਕ ਆ ਚਿੱਟੀ ਪੱਗ ਬੰਨੀ ਤਾਇਨੇ ਠੀਕ ਆ ਠੀਕ ਹੈ ਤੇ ਤਾਇਆ ਇੰਜ ਲੱਗਣ ਡਿਆ ਜਿਵੇਂ ਜੇਲਾਂ ਦਾ ਲਾੜਾ ਹੁੰਦਾ ਜੇਲਾਂ ਦਾ ਲਾੜਾ ਮਤਲਬ ਕਿ ਜੋੜ ਹੀ ਕੋਈ ਨਹੀਂ ਨਾ ਅੱਛਾ ਚਾ ਯਾਨੀ ਕਿ ਬਟੌਰ ਟਪਾ ਇਦਾਂ ਲਾਉਣਾ ਹੈ ਤਾਇਆ ਖੁਸ਼ਬੂ ਤੂੰ ਉਹ ਲਾਉਣੀ ਆ ਆਹਾ ਮੈਂ ਤੈਨੂੰ ਲਿਆ ਕੇ ਦੇਣੀ ਆ ਬਈ ਖੁਸ਼ਬੂ ਮੇਰੇ ਫੰਕਸ਼ਨ ਨਹੀਂ ਫੰਕਸ਼ਨ ਦੇ ਹਿਸਾਬ ਨਾਲ ਇੱਕ ਹੋਰ ਖੁਸ਼ਬੂ ਹੁੰਦੀ ਐ ਅੱਛਾ ਤਾਇਆ ਤੂੰ ਘਰੋਂ ਨਿਕਲਣ ਲੱਗੇ ਤੇ ਤਾਈ ਪਿੱਛੋਂ ਆਵਾਜ਼ ਮਾਰੇ ਕੀ ਤਾਈ ਆਵਾਜ਼ ਮਾਰੇ ਕਿ ਗੱਲ ਸੁਣੋ ਅੱਜ ਤੁਹਾਨੂੰ ਨਜ਼ਰ ਲੱਗ ਜਾਣੀ ਐ ਤੇ ਆ ਮੇਰੇ ਕੋਲ ਮੜਜ ਕਾਲੋਂ ਜਿਹੜੀ ਨਾ ਆਪਣੇ ਕੰਨ ਦੇ ਪਿੱਛੇ ਲਵਾ ਲੋ ਤੁਸੀਂ ਅੱਜ ਲਾਉਂਗੇ ਕਿਸੇ ਨੂੰ ਹਾਏ ਮੈਂ ਸਦਕੇ ਜਾਵਾਂ ਤੇਰਾ ਮੂੰਹ ਚੁੰਮਾਂ ਮੈਂ ਤੂੰ ਮੇਰੇ ਕਿਤੇ ਸਾਹਮਣੇ ਹੋਵੇਂ ਬਸ ਇਹ ਕਿ ਤਾਈ ਦੇ ਜਿਹੜੇ ਬੁੱਲਾਂ 'ਚੋਂ ਹਾਸਾ ਆਉਂਦਾ ਹੋਵੇ ਨਾ ਆਹਾ ਕਿ ਤਾਇਆ ਤੇਰਾ ਜਾਣ ਨੂੰ ਹੀ ਦਿਲ ਨਾ ਕਰੇ ਨਹੀਂ ਤੂੰ ਮੈਨੂੰ ਆਰਡਰ ਦੇ ਮੈਂ ਕੰਮ ਤੇ ਜਾਣਾ ਵਾ ਫੇ ਪੈਸੇ ਵੀ ਤਾਂ ਉਹਨੂੰ ਲਿਆ ਕੇ ਦੇਣੇ ਤੇ ਤਾਈ ਨਾ ਹਾਂ ਤੇ ਤਾਇਆ ਗੱਲ ਇਹ ਆ ਕਿ ਤਾਇਆ ਇਹਨੂੰ ਲੱਗਦਾ ਵੀ ਕੋਈ ਕੰਮ ਵੱਡਾ ਹੀ ਆ ਲੈ ਵੱਡਾ ਅੱਜ ਵਿਆਹ ਵਾ ਕੋਈ ਇਹ ਤਾਇਆ ਫੰਕਸ਼ਨ ਦਾ ਇਹ ਆ ਕਿ ਬਸ ਫੋਨ ਜਾਣਾ ਹੈ ਅੱਛਾ ਤੇ ਲੋਕਾਂ ਨੇ ਆਪਣੇ ਸਾਰੇ ਕੰਮ ਛੱਡ ਕੇ ਭੱਜ ਪਣਾ ਅਛਾ ਟੈਲੀਫੋਨ ਤੇਰਾ ਜਾਣਾ ਨਹੀਂ ਹਾਂ ਜਿਨ੍ਹਾਂ ਦਾ ਫੰਕਸ਼ਨ ਆ ਉਹਨਾਂ ਦਾ ਜਾਣਾ ਅੱਛਾ ਉਹਨਾਂ ਨੇ ਦਾਵਤਨਾਮੇ ਭੇਜਣੇ ਆ ਸਨੇਹੇ ਭੇਜਣੇ ਆ ਇਹ ਆ ਕਿ ਤਾਂ ਇਹ ਗੱਲ ਇਹ ਆ ਕਿ ਤੈਨੂੰ ਪਤਾ ਆਪਾਂ ਸ਼ਰੀਕੇ ਵਿਆਹਣ ਵਾਲੇ ਬੰਦੇ ਆ ਸਮਝਦਾ ਤੇਰੀ ਗੱਲ ਇਹ ਸ਼ਰੀਕੇ ਸ਼ਰੂਕੇ ਚ ਪੈਣਾ ਤੇ ਹੈ ਤਾਂ ਚਵਲ ਪੁਣਾ ਹੀ ਆ ਉਹ ਤੂੰ ਟੈਨਸ਼ਨ ਨਾ ਰ ਤੇਰੀ ਮੈਂ ਕੰਡ ਨਹੀਂ ਲੱਗਣ ਦਿੰਦਾ ਮੈਂ ਕਿਹਾ ਦੁਨੀਆ ਯਾਦ ਕਰੂ ਕਿ ਚੌਰੀ ਸ਼ਰੀਰ ਦੀ ਮਠਿਆਈ ਰਾਣੇ ਨੇ ਖਵਾਈ ਆ ਸਾਨੂੰ ਇਹ ਆ ਕਿ ਜਿਹੜਾ ਕੰਡ ਨਹੀਂ ਲੱਗਦੀ ਤੇਰੀ ਤਾਇਆ ਸਾਡੇ ਜਿਹੜੇ ਸ਼ਰੀਕ ਆ ਨਾ ਅੱਛਾ ਇਹਨਾਂ ਦਾ ਮਰਨ ਲੱਗ ਗਈ ਬਾਬਾ ਕੀ ਦਾ ਮਰਨ ਲੱਗਾ ਬਾਬਾ ਸਾਡੇ ਸ਼ਰੀਕਾਂ ਦਾ ਅੱਛਾ ਤੇ ਨਾਲ ਦਾ ਘਰ ਆ ਤੇਰੇ ਇਦਨੋਂ ਇਹਨਾਂ ਤੇ ਕੂਕਾਂ ਦੀ ਆਵਾਜ਼ ਆਉਣੀ ਐ ਅੱਛਾ ਤੇਰਾ ਕੰਮ ਆ ਸਾਰਾ ਸਮਾਨ ਮਸਦੇ ਤੇ ਲਿਆ ਕੇ ਨਾ ਅੱਛਾ ਇਹਨਾਂ ਦੇ ਬੂਹੇ ਅੱਗੇ ਲੈਂ ਸਰਨਾ ਮਠਾਈ ਜੋੜ ਲਾ ਜੋਣਨੀ ਆ ਕੇ ਬਸ ਤੇਰਾ ਕੰਮ ਆ ਜਿਹੜਾ ਪ੍ਰਾਣਾ ਆਵੇ ਅੱਛਾ ਉਹਦੇ ਨਾਲੇ ਤੈਨੂੰ ਕਮੇ ਇਹ ਜ਼ਰਾ ਸ਼ਰੀਫਾ ਲੱਡੂ ਤੋਂ ਖਾਈਏ ਉਹ ਭਾਈ ਮੈਨੂੰ ਤੇ ਨਾਲੇ ਉਹਨੂੰ ਲੱਡੂ ਫੜਾ ਕੇ ਅੱਛਾ ਤੇ ਉਹਨੂੰ ਕਹਿਣਾ ਬਹੁਤ ਬਹੁਤ ਮੁਬਾਰਕ ਹੋਵੇ ਬਹੁਤ ਅੱਛੇ ਬਈ ਤੇਰੇ ਬਹੁਤ ਅੱਛੇ ਆ ਜਿਹੜੀ ਤੂੰ ਇੰਨੀ ਮਠਿਆਈ ਮੈਨੂੰ ਇੰਨੀਆਂ ਕਿਸਮਾਂ ਦਸੀਆਂ ਵੇਸਣ ਬਦਾਮਾਂ ਵਾਲੀ ਬਰਫੀ ਅਖਰੋਟ ਦਾ ਹਲਵਾ ਜਲੇਬੀਆਂ ਇਹ ਆ ਤੇਰੇ ਨਾਲ ਦੇ ਘਰ ਬਣਾਉਣੀ ਆ ਹਾਂ ਦੇ ਨਾਲ ਦੇ ਘਰ ਉਹਨਾਂ ਦਾ ਬਾਬਾ ਮਰਨ ਵਾਲਾ ਉਹਨਾਂ ਦਾ ਬਾਬਾ ਮਰਨ ਵਾਲਾ ਤੇ ਉਹਨਾਂ ਨੇ ਤਾਂ ਮੈਨੂੰ ਮਾਰ ਦੇਣਾ ਉਹ ਮੈਂ ਕਿੱਦਾਂ ਬਣਾਉਂਗਾ ਉਥੇ ਇਹ ਆ ਕਿ ਤੈ ਜਿੰਨੀ ਤੇਰੀ ਮਿਠਾਈ ਲੱਗੇ ਅੱਛਾ ਐਂਡ ਦੇ ਉੱਤੇ ਇੱਕ ਸੁਣਾ ਜੇ ਲੱਡੂ ਚੁਕਣਾ ਹੈ ਅੱਛਾ ਉਸ ਘਰ ਦਾ ਜਿਹੜਾ ਸਭ ਤੋਂ ਵੱਡਾ ਮੁੰਡਾ ਹੋਊਗਾ ਨਾ ਜੀ ਆਹ ਵੱਡਾ ਉਹਦੇ ਅੱਗੇ ਪਲੇਟ 'ਚ ਰੱਖ ਕੇ ਲੱਡੂ ਰੱਖ ਕੇ ਤੇ ਨਾਲੇ ਕਹਿਣਾ ਜੀ ਮੇਰਾ ਬਿੱਲ ਮੈਨੂੰ ਦੇ ਦਿਓ ਉਹ ਮੈਂ ਕਿੱਦਾਂ ਲਾਉਂਗਾ ਉਹਦੇ ਕੋ ਬਿੱਲ ਉਹ ਮੈਂ ਜਦੋਂ ਕੋ ਬਿੱਲ ਮੰਗੂਗਾ ਓਏ ਉਹ ਤਾਂ ਮੇਰੇ ਕੰਨਾਂ ਤੇ ਰੱਖੂਗਾ ਖੁਆਈ ਜਾਣੀ ਮਠਿਆਈ ਕਿਹਨੂੰ ਖੁਆਈ ਜਾਣੀ ਹੈ ਹਰ ਕੋਈ ਪ੍ਰਾਣਾ ਮਠਿਆਈ ਤੋਂ ਬਗੈਰ ਰਹਿ ਨਾ ਜਾਵੇ ਤੇ ਜਿੱਲੇ ਮਠਿਆਈ ਖਵਾ ਲੈ ਹੀ ਨਾ ਉਦੋਂ ਹੱਥ ਖੜੇ ਕਰਕੇ ਕਹਿਣਾ ਕਿ ਭਾਈ ਜੇ ਕੋਈ ਬੰਦਾ ਸ਼ਰੀਫ ਲਵਾਈ ਦੀ ਮਠਿਆਈ ਤੋਂ ਰਹਿ ਗਿਆ ਤਾਂ ਘਰ ਜਾ ਕੇ ਗਿਲਾ ਨਾ ਕਰੇ ਮੇਰੇ ਕੋ ਆ ਕੇ ਮੰਗ ਲਵੇ ਵਾ 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 ਤੇਰੇ ਤੂੰ ਮੈਨੂੰ ਲੱਗਦਾ ਏਸ ਉਮਰੇ ਮੈਨੂੰ ਤੂੰ ਤੁਰਦਾ ਫਿਰਦਾ ਨਹੀਂ ਦੇ ਸਕਦਾ ਤੂੰ ਚਾਹੁੰਨਾ ਕਿ ਜਿਹੜਾ ਬੰਦਾ ਉਹਨਾਂ ਦਾ ਰਹਿ ਜਵੇ ਵਾਂ ਨੂੰ ਇਹ ਕਹੋ ਭਾਈ ਜੇ ਕੋਈ ਰਹਿ ਗਿਆ ਨਾ ਤਾਂ ਉਹ ਵੀ ਮੇਰੇ ਛਿੱਤਰ ਮਾਰੇ ਸਿਰ ਦੇ ਵਿੱਚ ਲਾ ਲ ਭਿਓ ਭਿਓ ਜੁੱਤੀਆਂ ਮਾਣ ਮੇਰੇ ਸਿਰ 'ਚ ਤੂੰ ਕਿਉਂ ਮੈਨੂੰ ਕਵਰੀ ਪਵਾਉਣ ਤੁਰਿਆ ਓ ਭਾਈਆ ਮੈਨੂੰ ਤੇਰਾ ਮਠਿਆਈ ਮੈਂ ਨਹੀਂ ਬਣਾਉਣੀ ਤੈ ਪਰਾ ਬਰਫੀ ਕਾਦੇ ਵਾਲੀ ਹੋਣੀ ਚਾਹੀਦੀ ਐ ਬਰਫੀ ਤਾਂ ਮੈਂ ਬਣਾਉਣਾ ਖੋਏ ਦੀ ਤੈਨੂੰ ਮੈਂ ਖੋਣ ਚੈਰ ਵਾਲੀ ਬਰਫੀ ਚੈਰ ਵਾਲੀ ਬਰਫੀ ਖਾਉ ਵਿੱਚ ਸੱਪ ਦਾ ਡੰਗ ਕੱਢ ਕੇ ਨਾ ਉਹਦਾ ਰਸ ਵਿੱਚ ਪਾ ਕੇ ਤੇਰੀ ਬਰਫੀ ਬਣਾਉਂ ਮੈਂ ਉਹ ਖਵਾਉਂ ਮੈਂ ਤੈਨੂੰ ਬਰਫੀ ਕੱਲੇ ਨੂੰ ਤੇ ਤੈ ਲੱਡੂ ਲੱਡੂ ਕਿਹੜਾ ਖਾਣਾ ਤੂੰ ਮੋਤੀ ਚੂਰ ਮੈਂ ਕਿਹਾ ਮੋਤੀ ਚੂਰ ਦਾ ਨਹੀਂ ਤੈਨੂੰ ਕਿਸੇ ਹੋਰ ਚੂਰ ਦਾ ਨਾ ਖਲਾਵਾਂ ਲੱਡੂ ਆਮਚੂਰ ਦਾ ਲੱਡੂ ਖਵਾਵਾ ਉਹ ਕਦੇ ਖਾਦਾ ਆ ਆਮਚੂਰ ਦਾ ਲੱਡੂ ਤਾ ਤੂੰ ਸਾਰੀ ਜ਼ਿੰਦਗੀ ਮੋਤੀ ਚੂਰ ਸੁਣਿਆ ਆ ਆਮਚੂਰ ਖਾ ਤਾਇਆ ਮੈਸੂ ਕਿਹੜਾ ਮੈਸੂ ਮਿਲਸੂ ਮਿਲਸੂ ਜ਼ਰੂਰ ਮਿਲਸੂ ਲੇਕਿਨ ਨਾਲ ਕਿਸੁੰਨਿਆ ਤੇ ਮਿਲਸੂ ਮੈਸੂ ਤਾਇਆ ਹੁਣ ਤਿਆਰ ਰਹੀਂ ਜਿਹੜੀ ਗੱਲੋਂ ਫੰਕਸ਼ਨ ਤੇ ਆਉਣ ਵਾਸਤੇ ਕਿਉਂਕਿ ਪਰ ਉਹਨੇ ਇਹਨਾਂ ਦੇ ਆਉਣ ਲੱਗ ਪਏ ਆ ਸਾਰੇ ਖਾਨਦਾਨ ਚ ਗੱਲ ਜਿਹੜੀ ਖਿਲਰ ਗਈ ਕਿ ਬਾਬਾ ਚੱਲੇ ਆ। ਉਹ ਬਾਬਾ ਚੱਲੇ ਆ ਲੱਗਦਾ ਮੈਨੂੰ ਨਾਲ ਲੈ ਕੇ ਜਾਊ। ਇਹ ਤੂੰ ਮੈਨੂੰ ਨਾਲ ਤੋਰੂ ਉਸ ਬਾਪੇ ਤੋਂ ਪਹਿਲੇ। ਉਹਨਾਂ ਨੇ ਉਹਨੂੰ ਛੱਡ ਕੇ ਤੇ ਮੈਨੂੰ ਫੜ ਲੈਣਾ। ਉਹਨਾਂ ਨੇ ਕਹਿਣਾ ਸਾਲਿਆ ਮੈਨੂੰ ਇਹਦਾ ਸਾਡਾ ਪਿਓ ਮਰਨ ਵਾਲਾ ਸਾਡਾ ਬਜ਼ੁਰਗ ਮਰਨ ਵਾਲਾ। ਉਹ ਤੈਨੂੰ ਕਾਹਦੇ ਚਾ ਚੜੇ ਤੂੰ ਮੁੰਡੇ ਦਾ ਪਿਆਰ ਰੱਖਿਆ ਇੱਥੇ। ਤੂੰ ਮਿਠਾਈ ਕੱਢਣ ਡਿਆ ਇੱਥੇ ਮੇਲਾ ਲਗਾ। ਤਾਇਆ ਇਹ ਆ ਕਿ ਅੱਡਾ ਜਿਹੜਾ ਨਾ ਜਿਹੜੇ ਜਲੇਬੀਆਂ ਵਾਲਾ ਅੱਡਾ। ਆਹੋ ਬਿਲਕੁਲ ਮੂੰਹ ਦੇ ਅੱਗੇ ਬੂਏ ਤੇ ਲਾਉਣਾ ਹੈ ਤੇ ਉੱਚੀ ਉੱਚੀ ਕਹਿਣਾ ਬਹੁਤ ਬਹੁਤ ਮੁਬਾਰਕ ਹੋਵੇ ਜੀ ਬਹੁਤ ਬਹੁਤ ਮੁਬਾਰਕ ਹੋ। ਤੈਨੂੰ ਕਹਿਣਾ ਜਿਹੜਾ ਪੁਰਾਣਾ ਆਇਆ ਉਹਨਾਂ ਅੰਦਰ ਵੱਟਦੇ ਨੂੰ ਕਹਿਣਾ ਬਾਜੀ ਮੁਬਾਰਕ ਹੋਵੇ। ਆਹ ਮੈਂ ਕਹਵਾ ਬਾਜੀ ਮੁਬਾਰਕ ਹੋਵੇ ਲਾ ਕੇ ਛਿੱਤਰ ਮੇਰੇ ਮੂੰਹ ਤੇ ਮਾਰੇ। ਕਿ ਖੈਰ ਮੁਬਾਰਕ ਭਰਾਵਾ। ਉਹ ਮੇਰਾ ਨਾ ਸ਼ਰੀਫ ਆ ਬਦਮਾਸ਼ ਨਹੀਂ। ਤੂੰ ਮੈਨੂੰ ਬਦਮਾਸ਼ ਬਣਾਉਂਦੇ ਆ। ਜਿੱਡਾ ਸੋਣਾ ਤੂੰ ਲੱਗਣਾ ਨਾ ਤਾਇਆ ਜਿਹੜਾ ਮੀ ਮੰਗਣ ਵਾਲਾ ਖੁੱਸਾ ਪਾ ਕੇ। ਆਏ ਆਏ ਹਾਏ ਹਾਏ। ਇੱਡਾ ਸੋਣਾ ਮੈਂ ਲੱਗਣਾ ਜਦੋਂ ਉਹਨਾਂ ਨੇ ਖੁੱਸੇ ਦੇ ਨਾਲ ਮੈਨੂੰ ਉਤੋਂ ਦੀ ਹਾਰ ਪ ਬਰਫ ਚ ਲੱਗਾ ਹੋਇਆ ਹਾਰ ਜਦੋਂ ਮੇਰੇ ਗਲ ਚ ਪਾਉਣਾ ਕੁੱਟੇ ਚਿੱਟੀ ਚਾਦਰ ਚੜਾਉਣੀ ਮੇਰੇ ਨਾਲ ਮੰਜਾ ਮਸੀਤੋਂ ਲਿਆ ਕੇ ਮੈਨੂੰ ਉੱਤੇ ਪਾਉਣਾ ਤੇ ਮੈਂ ਕਿਡਾ ਸੋਨਾ ਲਗਣਾ ਉਤੋਂ ਮੇਰੇ ਸੁਰਮਾ ਪਾਉਣਾ ਹੈ ਫਿਰ ਮੈਨੂੰ 40 ਬੰਦਿਆਂ ਨੇ ਛੱਡ ਕੇ ਆ ਕੇ ਜਿਹੜੀ ਦਵਾ ਕਰਨੀ ਆ ਉਹ ਕਿੱਡੀ ਸੋਹਣੀ ਕਰਨੀ ਆ ਉਹ ਲਾਣਤ ਆ ਤੇਰੇ ਤੇ ਰਾਣਿਆ ਤ ਤੋਤੀ ਜਿਹੜਾ ਗੋਡਿਆਂ ਤੋਂ ਥੱਲੇ ਰੱਖੀ ਕਿਉਂ ਕੀ ਗੱਲ ਤੂੰ ਖਾਜ ਕਰਨੀ ਆ ਮੇਰੀ ਬੈਣ ਲੱਗਿਆ ਜ਼ਰਾ ਤੇ ਆਪਣੀ ਟੁੱਟੀ ਆ ਮੇਰੀ ਬੈਣ ਲੱਗਿਆ ਜ਼ਰਾ ਧਿਆਨ ਕਿਉਂ ਕੀ ਗੱਲ ਤੂੰ ਪਹਿਲੇ ਮੈਨਾਂ ਮੇਤੋਂ ਲੜਨਾ ਲੜ ਦੋਨੋ ਲੜ ਸਾਂਭ ਕੇ ਆਹੋ ਤੈਨੂੰ ਫੜਾ ਦਵਾ ਮੈਂ ਗੁੱਟੀ ਵਾਂਗੂ ਕੰਨੀਆਂ ਦੇਈ ਜਾਂਇਆਂ ਨੂੰ ਕਲਾਮਾ ਬਣਾ ਦਿੰਨਾ ਤੈਨੂੰ ਮੈਂ ਹੈਂਡ ਫ੍ਰੀ ਤਾਂ ਆਇਆ ਤੇਰੇ ਲੱਗੀ ਹੋਣੀ ਹੈ ਕਿਉਂ 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 ਲੱਗੀ ਹੋਣੀ ਮੇਰੇ ਹੈਂਡ ਫ੍ਰੀ ਮੇਰਾ ਫੋਨ ਮਿਲਿਆ ਹੋਣਾ ਅੱਛਾ ਮੈਂ ਤੈਨੂੰ ਨਾਲ ਨਾਲ ਹੀ ਦੱਸ ਜਾਨ ਡਿਆ ਅੱਜ ਦੀ ਮੋਟੀ ਜੀ ਮਾਈ ਆਉਣ ਡਈ ਹੈ ਨਾ ਅੱਛਾ ਸੁੱਟ ਦੇ ਅੰਦਰ ਇੱਕ ਲੱਡੂ ਆਹਾਹਾਹਾ ਦੇ ਅੰਦਰ ਲੱਡੂ ਸੁਟਾ ਉਹ ਚੁੱਕ ਕੇ ਮੈਨੂੰ ਖੁਰਲੀ ਚ ਸੁਟੇ ਖਾਲ ਚ ਸੁਟੇ ਮੈਨੂੰ ਗੱਟਰ ਚ ਸੁਟੇ ਤੇ ਮੈਂ ਤੇਰਾ ਟੈਲੀਫੋਨ ਕਿਉਂ ਸੁਣਾ ਬਈ ਕਿਉਂ ਮੈਂ ਲਾਵਾਂ ਹੈਡਫ੍ਰੀ ਇਹ ਅਗਲਾ ਅਗਲਾ ਕਹੂਗਾ ਸਾਡਾ ਪਿਓ ਮਰਨ ਲਾ ਇਹ ਸਾਲਾ ਮਾਈਕਲ ਜੈਕਸਨ ਦੇ ਗਾਣੇ ਸੁਣਦੇ ਨੂੰ ਚਾ ਚੜੇ ਮਠਿਆਈਆਂ ਵੰਡਣ ਦੇ ਇਥੇ ਕਿਸੇ ਟਾਈਮ ਵੀ ਮੈਂ ਤੈਨੂੰ ਕਾਲ ਕਰ ਦੇਣੀ ਹੈ ਤੇਰਾ ਕੰਮ ਆਪਣੇ ਦੇਜ ਕੇ ਪਤੀਲੇ ਕੜਾਈਆਂ ਕੜਛੇ ਲੈ ਕੇ ਤੇ ਫੌਰੀ ਉਹਨਾਂ ਦੇ ਬੂਹੇ ਅੱਗੇ ਮੈਂ ਕਹ ਤੂੰ ਮੈਨੂੰ ਸਿਰਫ ਟੈਲੀਫੋਨ ਕਰਨਾ ਹੈ ਦੇਸ਼ ਕੇ ਕੜਾਏ ਪਤੀਲੇ ਲੈ ਕੇ ਮੈਂ ਉਹਨਾਂ ਦੇ ਬੂਹੇ ਅੱਗੇ ਨਹੀਂ ਜਾਣਾ ਤੇਰੀ ਭਤੀ ਪਕਾਉਣ ਆਉਣਾ ਤੇਰੇ ਮੂਹੇ ਆ ਕੇ ਆਉਣਾ ਤੇਰੀ ਭਤੀ ਪਕਾਉਣੀ ਆ ਮੈਂ ਆ ਕੇ ਤੇਰੀ ਮਰਗ ਦੀ ਰੋਟੀ ਦਊ ਮੈਂ ਕਾਕਾ ਇੱਥੇ ਆ ਕੇ ਤੇਰੀ ਮਰਗ ਦੀ ਰੋਟੀ ਬਸਿਆ ਕੇ ਆਪਣੇ ਮੁੰਡਿਆਂ ਸਾਰੇ ਨੂੰ ਕਹਿ ਦੇ ਕਿ ਤਿਆਰ ਰਹੀਓ ਬਈ ਜਾਣ ਵਾਸਤੇ ਜੰਗ ਤੇ ਜਾਣਾ ਮੈਂ ਮੁੰਡਿਆਂ ਨੂੰ ਕਹਿੰਦਾ ਪੁੱਤ ਅੱਜ ਤਿਆਰ ਰਹੀਓ ਜਪੜੀ RAM RAM ਸੱਤਿਆ ਹੋਣੀ ਆ ਪੁੱਤ ਰਾਣੇ ਨੇ ਆਰਡਰ ਦਿੱਤਾ ਸਾਨੂੰ ਕਿ ਤਿਆਰ ਰਹਿਓ ਅੱਜ ਤੁਹਾਡੇ ਜਨਾਜ਼ੇ 5 6 ਇੱਥੋਂ ਹੀ ਨਿਕਲਣੇ ਇਕੱਠੇ ਉਹ ਲੈਣਾ ਤਾਂ ਤੇਰੇ ਤੇ ਰਾਣਿਆਂ ਉਹ ਗਰਗ ਹੋ ਜਾਓ ਕਿਤੇ ਉਹ ਤੈਨੂੰ ਆਵੇ ਕਿਸੇ ਦੀ ਆਈ